ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਪਹਿਲਾਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਪੋਲੀਟੀਸ਼ੀਅਨ ਸੀ ਉਹਨਾਂ ਕੋਲ ਕਿਰਦਾਰ ਸੀ, ਉਹਨਾਂ 'ਤੇ ਭਰੋਸਾ ਸੀ। ਅਗਲੇ ਤਿਆਗ ਕੇ ਆਏ ਸੀ ਸਾਰਾ ਕੁਛ, ਕਰੋੜਾਂ ਰੁਪਇਆਂ ਦੀ ਜਾਇਦਾਦ ਛੱਡ ਕੇ ਆਏ ਸੀ, ਦਾਨ ਦੇ ਕੇ ਆਏ ਸੀ, ਜਾਨਾਂ ਵਾਰ ਗਏ। ਲੋਕ ਭਰੋਸਾ ਕਰਦੇ ਅੱਜ ਫੋਟੋਆਂ ਲਾਈਆਂ ਹੋਈਆਂ। ਹਾਂਜੀ, ਅਤੇ ਦੱਸੋ ਕਿਹੜਾ ਇਮਾਨਦਾਰ, ਦੱਸੋ ਨਾ ਧੰਦਾ। ਦੇਖੋ ਨਾ, ਰਾਜਨੀਤੀ ਜੇ ਸੇਵਾ ਰਹੂ ਤਾਂ ਸਾਰੀ ਦੁਨੀਆ ਪੂਜੂ, ਅਤੇ ਰਾਜਨੀਤੀ ਜੇ 10% ਸੇਵਾ ਅਤੇ 90% ਉਹਦੀ ਆੜ 'ਚ ਮੇਵਾ ਹੈ ਤਾਂ ਲੋਕ ਠੋਕ ਦੇਣਗੇ, ਬਦਲ ਦੇਣਗੇ। ਕਹਿਣਾ ਸੇਵਾ ਅਤੇ ਖਾਣਾ ਮੇਵਾ। ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ 10 ਮਿੱਤਰ ਪਿਆਰੇ 20 ਸਾਲ 'ਚ ਕੋਈ ਉਂਗਲ ਚੁੱਕ ਕੇ ਦਿਖਾ ਦਿਓ। ਇਹ ਕਹਿਣ ਦੇ ਲਈ ਜ਼ੁਰਤ ਚਾਹੀਦੀ ਹੈ, ਇਹ ਰਜਾਈ 'ਚ ਉੱਠ ਕੇ ਨਹੀਂ ਬੋਲਿਆ ਜਾਂਦਾ, ਇਹ ਕਿਰਦਾਰ ਨਾਲ ਬੋਲਿਆ ਜਾਂਦਾ। ਅਗਲੇ ਪਰਾਏ ਪੁੱਤ ਠੋਕ ਦਿੰਦੇ ਅੰਦਰ ਪੱਟ ਜੇ ਗਲਤ ਹੋਵੇ, ਅਤੇ ਜੇ ਕਿਸੇ ਨੇ 4 ਪੈਸੇ ਗਲਤ ਤਰੀਕੇ ਨਾਲ ਕਮਾਏ ਹੋਣ ਨਾ, ਪੁੱਠਾ ਟੰਗ ਦਿੰਦੇ ਆ ਅਤੇ ਪੱਟੇ 'ਤੇ ਲਿਖਿਆ ਹੁੰਦਾ ਆਣ ਮਿਲੋ ਸੱਜਣਾ, ਹੈ ਨਾ। ਸੋ ਇਸ ਕਰਕੇ ਇਹ ਜਿਹੜੀ ਜੋ ਕੁਛ ਹੋ ਰਿਹਾ, ਆਉਣ ਵਾਲਾ ਸਮਾਂ ਗਵਾਹੀ ਦਊਗਾ। ਮੇਰੇ ਖਿਲਾਫ ਜਿੰਨਾ ਮਰਜ਼ੀ ਬੋਲੋ, ਫਿਰ ਨਾ ਕਹਿਣਾ ਸਿੱਧੂ ਨੇ ਸ਼ੇਰ ਨਹੀਂ ਸੁਣਾਇਆ, ਫਿਰ ਸੁਣਾਈ ਦਿੰਦਾ ਹਸਾਸ ਹੂ ਕਿਸੇ ਨੇ ਸ਼ੇਰ ਨਾ ਸੁਣਾਇਆ, ਫਿਰ ਨਾ ਕਹਿੰਦੇ ਆਪਣੇ ਖਿਲਾਫ। ਭਾਅ ਜੀ ਬਸ ਸੁਣ, ਆਪਣੇ ਖਿਲਾਫ ਬਾਤੇਂ ਮੈਂ ਅਕਸਰ ਖਾਮੋਸ਼ੀ ਮੈਂ ਸੁਣ ਲੇਤਾ ਹੂੰ, ਜਵਾਬ ਦੇਣੇ ਕਾ ਹਿਸਾਬ ਮੈਨੇ ਵਕਤ ਕੋ ਦੇ ਰੱਖਾ। ਐਂਡਿੰਗ ਦੇਖੋ, ਮੈਂ ਕਿਹਾ ਟਾੜੀ ਤੋਂ ਘੋਟਾ ਟਾ ਤੋੜ ਕੇ।